ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਕਲਾਸ ਦੇ ਨਤੀਜਿਆਂ 'ਚ ਐਵਰੈਸਟ ਪਬਲਿਕ ਸਕੂਲ ਮੋਤੀਨਗਰ ਦੀ ਰੀਤੂ ਰਾਜ ਕਿਰਨ ਜੋ ਅੱਬਰ ਰਹੀ ਨੂੰ ਸਕੂਲ ਮੈਨੇਜਮੈਂਟ ਵੱਲੋਂ ਬਾਕੀ ਬੱਚਿਆਂ ਦੇ ਨਾਲ ਸਨਮਾਨਿਤ ਕੀਤਾ ਗਿਆ। ਸਕੂਲ ਅਧਿਕਾਰੀਆਂ ਨੇ ਕਿਹਾ ਹੈ ਕਿ ਬੱਚਿਆਂ ਦੀ ਮਿਹਨਤ ਨੇ ਹਮੇਸ਼ਾ ਹੀ ਨਤੀਜਿਆਂ ਵਿੱਚ ਚੰਗੇ ਅੰਕ ਹਾਸਲ ਕਰਕੇ ਹਮੇਸ਼ਾ ਹੀ ਪਿਛਲੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ। ਮਾਈਸਲਫ ਵਧੀਰੇਜ, ਸੋ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਐਵਰੈਸਟ ਸਕੂਲ ਦਾ ਰਿਜ਼ਲਟ ਪਿਛਲੀ ਪਰੰਪਰਾ ਨੂੰ ਕਾਇਮ ਰੱਖਦੇ ਹੋਏ ਬਹੁਤ ਵਧੀਆ ਰਿਹਾ। ਤੋ ਅੱਜ ਸਕੂਲ ਮੈਨੇਜਮੈਂਟ ਵੱਲੋਂ ਮੈਂ ਸਾਰੇ ਸਟਾਫ ਮੈਂਬਰ ਨੂੰ ਬੱਚਿਆਂ ਨੂੰ ਵਧਾਈ ਦਿੰਦਾ। ਰਾਈਟ 80-90% 93% ਦੇ ਵਿੱਚ ਸਾਡੇ 28 ਬੱਚੇ ਰਹੇ, 91 ਦੇ ਵਿੱਚੋਂ ਸਾਡੇ ਸਟੂਡੈਂਟ 83 ਬੱਚੇ ਫਸਟ ਡਿਵੀਜ਼ਨ ਪਾਸ ਹੋਏ। ਅਸੀਂ ਪਿਛਲੇ ਸਾਲਾਂ ਦੀ ਮੁਕਾਬਲੇ ਇਸ ਸਾਲ ਅਸੀਂ ਸਕੂਲ ਨੇ ਪਰੰਪਰਾ ਆਪਣੀ ਜਾਰੀ ਰੱਖੀ। ਇਸ ਲਈ ਆਉਣ ਵਾਲੇ ਸਮੇਂ 'ਚ ਸਾਡੇ ਅਸੀਂ ਬੱਚਿਆਂ ਨੂੰ ਕਹਾਂਗੇ ਡਿਸਿਪਲਿਨ ਰਹਿੰਦੇ ਹੋਏ, ਅਨੁਸ਼ਾਸਨ ਨੂੰ ਫੋਲੋ ਕਰਦੇ ਹੋਏ ਅਸੀਂ ਬੱਚਿਆਂ ਨੂੰ ਇਹੀ ਬੇਨਤੀ ਕਰੀਏ ਤਾਂ ਕਿ ਹੋਰ ਚਾਨਣ ਬਣਾਉਣਿਆਂ ਵੱਲ ਅਸੀਂ ਵੱਧ ਪਾਈਏ। ਮੈਂ ਅੰਜਲੀ ਮਿਸ਼ਰਾ ਹਾਂ ਫਰੋਮ ਐਵਰੈਸਟ ਪਬਲਿਕ ਸੈਕੰਡਰੀ ਸਕੂਲ। ਮੈਨੇ 92.6% ਲੀਏ ਹੈ। ਇਹ ਮੈਨੇ ਆਪਣੇ ਡੈਡ, ਮੋਮ ਔਰ ਦੀਦੀ ਕੇ ਲਈ ਕੀਆ ਹੈ। ਮੈਂ ਅੱਜ ਅਗਲੀ ਕਮਰਸ ਲੈ ਕੇ IPS ਕਰਨਾ ਚਾਹਤੀ ਹੂੰ। ਪੜ੍ਹਤੀ ਤੋਂ ਮੈਂ ਨਾਰਮਲ ਥੀ ਕਿਉਂਕਿ ਮੇਰੇ ਮੰਮਾ ਕਾ ਆਪਰੇਸ਼ਨ ਹੁਆ ਥਾ ਤੋ ਪੜ੍ਹ ਨਹੀਂ ਪਾਤੀ ਥੀ, ਫਿਰ ਵੀ ਜਿਤਨਾ ਪੜ੍ਹਤੀ ਥੀ ਉਤਨਾ ਮੈਨੇ ਕੀਆ। ਮੇਰਾ ਨਾਮ ਰਿਤੂ ਰਾਜ ਕਿਰਨ ਹੈ ਔਰ ਮੈਂ ਐਵਰੈਸਟ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਮੈਂ ਪੜ੍ਹਤੀ ਹੂੰ ਔਰ ਮੈਂ 93% ਮਾਰਕਸ ਆਏ ਹੈ ਔਰ ਇਹ ਮੇਰੀ ਮੰਮੀ ਕਾ ਸਪਨਾ ਥਾ ਜੋ ਮੈਨੇ ਪੂਰਾ ਕੀਆ ਹੈ ਔਰ ਮੈਂ ਇੱਕ ਡਾਕਟਰ ਬਣਨਾ ਚਾਹਤੀ ਹੂੰ, ਇਸ ਲਈ ਮੈਂ ਮੈਡੀਕਲ ਲੈਣਾ ਚਾਹਤੀ ਹੂੰ। ਅੱਗੇ ਲੁਧਿਆਣਾ ਤੋਂ ਗੁਰਮੀਤ ਨਿੱਜਰ ਦੀ ਰਿਪੋਰਟ, ਕੈਮਰਾਮੈਨ ਅਮਨਦੀਪ ਦੇ ਨਾਲ ਫੋਕਸ .ਪੰਜਾਬੀ, ਯੂਅਰ ਸਿਟੀ, ਯੂਅਰ ਨਿਊਜ਼।